ਇਨਸਾਨ ਨੀ ਜਾਣੀ ਸਕਣਾ, ਖੁਦਾ ਨੀ ਦਾ ਜਾਣੀ ਸਕਣੀ। ਤੇ ਬਾਕੀ ਜਿਸ ਟਾਈਮ ਤੇ ਕਥਾ ਲਗੀ ਬਣਾਉਣਾ ਮੈਂ ਸੱਟ ਜਿਸ ਕੀ ਸੱਟ ਆਪਣੀ ਸਟੇਜਾਂ ਪਰ ਬੋਲਣ ਨੀ ਆਉਣਾ, ਜਿਹਨਾਂ ਦਾ ਗੱਲ ਬਾਹਰ ਨਹੀਂ ਹੈ, ਇਹਨਾਂ ਗੱਲ ਕੀਤੀ ਕਿ ਨਾ ਕੋਲ ਬਾਹਰ ਦਾ ਵਕਤ ਹੈ ਤੇ ਯਾਰ ਬਾਹਰਾ ਵਿੱਚ ਵਿਛੜੀ ਵਿਛੜੀ ਵੀ ਬੜੀ ਗੱਲ ਕੋਈ ਆਵਾਜ਼ ਦਿਖਾ ਕੀਤੀ ਸੱਚੀਆਂ ਵਾਲਾ ਹੋਇਆ
ਨੂੰ ਤੁਸੀਂ ਗੱਲ ਦੱਸੀ, ਬੜਾ ਪਿਆਰਾ ਸ਼ੇਰ ਨਾਲ ਪੇਸ਼ ਕੀਤਾ ਨੇ, ਸ਼ੇਰ ਪੇਸ਼ ਕੀਤਾ ਨੇ ਕਿ ਮੇਰੇ ਵਾਂਗ ਬੇਦਰਦਾ ਬੇਵਤਨ ਹੋ ਕੇ ਕੱਕੜਾ ਗਾਂ ਇੱਥੋਂ ਬਹੁਤ ਨਜ਼ਦੀਕ ਆ। ਹੁਣ ਦੇਖੋ ਇਹਨਾਂ ਕੱਕੜੇ ਸੂ ਬਦਲ ਟੁਰ ਰਹੇ, ਕੁਝ ਖਾਣ ਆ ਰਿਹਾ, ਬਤਾ ਕਿ ਮੈਂ ਪਰਦੇਸੀ ਆ, ਪਰਦੇਸੀ ਤਾਂ ਇਹਨਾਂ ਨਾ ਹੋਇਆ। ਤੇ ਜੀ ਇਹ ਕੱਕੜਾ ਰਹਿਣੇ ਦਿੱਤੇ ਆ ਜੀ ਆਉਣ ਪੇ ਪਰਦੇਸੀ ਆ, ਮੈਂ ਨਿਲੋਰ ਫੈਕਟਰੀ ਤੋਂ ਆਇਆ ਇਸਲਾਮਾਬਾਦ ਤੋਂ। ਬੜਾ ਪਿਆਰਾ ਸ਼ੇਰ ਅਫਸਰ ਸਾਹਿਬ ਪੇਸ਼ ਕੀਤਾ ਕਿ ਸਜਣਾ ਜਿਸ ਤਰ੍ਹਾਂ ਮੈਂ ਦਰਦਾਂ ਦੀਆਂ ਠੋਕਰਾਂ ਖਾਧੀਆਂ ਬੇਵਤਨ ਹੋ ਕੇ, ਇਸ ਤਰ੍ਹਾਂ ਅਗਰ ਤੂੰ ਖਾਏ ਤਾਂ ਤੈਨੂੰ ਪਤਾ ਲੱਗ ਜਾਏ ਤਿਆਰ ਇੱਕ ਮਿਲ ਗਿਆ ਅਸੀਂ ਤੇ ਗਿਆਰ ਇੱਕ ਇਨਸਾਨ ਦਾ ਦੁੱਖ ਆਪਣੀ ਜਾਇ ਇਨਸਾਨ ਦਾ ਦੁੱਖ ਸਿਰ ਗੁਦਾ ਜਾ ਨਹੀਂ ਸਕਣੀ ਕਿ ਇਨਸਾਨ ਨੇ ਦਿਲੀ ਪਹਿਲੇ ਇਨਸਾਨ ਨੇ ਦਿਲੀ ਕਿਹੜਾ ਦੁੱਖ ਹੈ, ਬਾਕੀ ਦੂਸ ਗੱਲਾਂ ਬੱਚੇ ਦੇ ਵਿੱਚ ਹੁੰਦੇ ਜਿਹੜਾ ਕੱਪ ਹੋਊਗਾ ਹੀ ਲਾਲ ਆ ਆਵਾਜ਼ ਇਸ ਤਰ੍ਹਾਂ ਕੀਤੀ ਕਹਿੰਦਾ ਮਾਲਕ ਬਹਾਰਾਂ ਚਲੇ ਪੁੱਛਿਆ
ਬੇਤੁਲ ਗੁਲਸ਼ਨ ਦੀ ਰਾਹ ਅੱਜ ਕੌਣ ਆ ਰਹੀ ਸਜਣ ਜਿਹੜੇ ਹੋਏ ਉਹ ਬਾਬਾ ਜੀ ਪੁੱਛਣੇ ਜਿਸ ਆ ਗਏ ਸਕਦਾ ਉਸ ਵੀ ਪੁੱਛਣੇ